in tomorrow's breakfast show as well. ਬਿਲਕੁਲ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਈਮੇਲਸ ਭੇਜੀਆਂ। ਸੋ ਹੁਣ ਜਿਹੜਾ ਸਮਾਂ ਸਾਨੂੰ ਹੋਰ ਇਜਾਜ਼ਤ ਦਿੰਦਾ ਕਿਉਂਕਿ ਸਾਰੇ ਵੇਟ ਕਰਦੇ ਹੋਣੇ ਜੀ, ਅੱਜ ਦੇ ਸਾਡੇ ਸਪੈਸ਼ਲ ਗੈਸਟ ਜਿਹੜੇ ਇੰਟਰਨੈਸ਼ਨਲ ਗੈਸਟ ਜਿਹੜੇ ਅੱਜ ਸਾਡੇ ਆਏ ਨੇ, ਦੱਸ ਦੀਜੀ ਕਿੱਥੋਂ ਆਏ ਨੇ? ਪੋਲੈਂਡ ਤੋਂ ਆਏ ਨੇ, ਯਾਦਵਿੰਦਰ ਸਿੰਘ ਜੀ ਪੋਲੈਂਡ ਤੋਂ। ਸੋ ਉਹਨਾਂ ਨਾਲ ਬੁਲਾਉਂਦੇ ਹਾਂ, ਫਤਿਹ ਪਾਉਂਦੇ ਹਾਂ ਸਾਂਝ ਅਤੇ ਕਰਦੇ ਹਾਂ ਕੁਛ ਗੱਲਬਾਤ ਉਹਨਾਂ ਦੇ ਜ਼ਿੰਦਗੀ ਬਾਰੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਮੁੱਚੇ ਵਿਸ਼ਵ ਵਿੱਚ ਵਸਦੇ ਹੋਏ ਸਿੱਖ ਸੰਗਤ ਨੂੰ ਪਿਆਰ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਦਵਿੰਦਰ ਸਿੰਘ ਜੀ, ਪੋਲੈਂਡ ਤੋਂ ਆਏ ਹੋ, ਕਿੱਦਾਂ ਰਿਹਾ ਸਫ਼ਰ? ਸਫ਼ਰ ਬੜਾ ਅੱਛਾ ਹੈ ਔਰ ਜ਼ਿਆਦਾ ਦੂਰ ਵੀ ਨਹੀਂ ਹੈਗਾ। ਹਾਂਜੀ ਬਿਲਕੁਲ ਜੀ, ਯੂਰਪ ਦਾ ਇੱਕ ਹਿੱਸਾ ਹੈਗਾ ਔਰ ਬੜਾ ਅੱਛਾ ਲੱਗਿਆ ਮੈਨੂੰ ਇੱਥੇ ਆ ਕੇ। ਅੱਛਾ ਯਾਦਵਿੰਦਰ ਸਿੰਘ ਜੀ, ਕਿਉਂਕਿ ਅਸੀਂ ਤੁਸੀਂ ਇੱਥੇ ਪਹੁੰਚੇ ਹੋ, ਸਭ ਤੋਂ ਪਹਿਲਾਂ ਸੰਗਤਾਂ ਨੇ ਇਸ ਚੀਜ਼ ਦੀ ਸਾਂਝ ਪਾਈ ਹੈ ਕਿ ਤੁਹਾਡਾ ਪਿਛੋਕੜ ਕਿੱਥੋਂ ਹੈ, ਤੁਸੀਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ, ਤੁਹਾਡਾ ਬਚਪਨ ਕਿੱਦਾਂ ਬੀਤਿਆ, ਤੁਹਾਡੇ ਮਾਤਾ ਪਿਤਾ ਜੀ, ਭੈਣ ਭਰਾ, ਥੋੜ੍ਹਾ ਜਿਹਾ ਤਾਂ ਕਿ ਪਤਾ ਲੱਗੇ ਸਾਡੇ ਗੈਸਟਾਂ ਦੀ ਜ਼ਿੰਦਗੀ ਬਾਰੇ। ਹਾਂਜੀ, ਬੇਸਿਕਲੀ ਪੰਜਾਬ ਤੋਂ ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ। ਬਟਾਲਾ ਗੁਰਦਾਸਪੁਰ ਰੋਡ 'ਤੇ ਮੇਰਾ ਪਿੰਡ ਹੈ ਸਤਕੋਹਾ। ਅੱਛਾ ਜੀ, ਸਤਕੋਹਾ ਪਿੰਡ, ਇਹਦਾ ਨਾਮ ਵੀ ਬੜਾ ਦਿਲਚਸਪ ਹੈ ਕਿਉਂਕਿ ਸਤਕੋਹੇ ਤੋਂ ਭਾਵ ਹੁੰਦਾ ਸਤਕੋਹ। ਸਤਕੋਹ ਬਿਲਕੁਲ ਜੀ। ਔਰ ਇਹ ਬਟਾਲਾ, ਕਾਨੂੰਮਾਨ, ਕਾਦੀਆਂ ਔਰ ਧਾਰੀਵਾਲ ਤੋਂ ਐਗਜ਼ੈਕਟ ਸਤਕੋਹ ਹੈਗਾ, ਚਾਰ ਸ਼ਹਿਰਾਂ ਦੇ ਬਿਲਕੁਲ ਸੈਂਟਰ ਦੇ ਵਿੱਚ ਹੈਗਾ। ਅੱਛਾ ਜੀ, ਸੋ ਇਸ ਨੂੰ ਸਤਕੋਹਾ ਕਹਿੰਦੇ ਨੇ। ਖੇਤੀਬਾੜੀ ਪਿਛੋਕੜ ਹੈ ਪਰਿਵਾਰ ਦਾ। ਅੱਛਾ ਜੀ। ਔਰ ਮੈਟ੍ਰਿਕ ਕਰਨ ਤੋਂ ਬਾਅਦ ਮੈਂ 1996 ਦੇ ਵਿੱਚ ਸ਼ਹੀਦ ਸਿੱਖ ਮਿਸ਼ਨ ਕਾਲਜ, ਜੋ ਗੁਰਮਤਿ ਦਾ ਇੱਕ ਬੜਾ ਉੱਚ ਮਿਆਰੀ ਸੰਸਥਾਨ ਹੈ, ਔਰ ਉੱਥੋਂ ਮੈਂ ਸੰਗੀਤ ਦੀ ਸਿੱਖਿਆ ਲਈ। ਅੱਛਾ ਜੀ। ਔਰ ਮੇਰਾ ਬੜਾ, ਜਿਸ ਨੂੰ ਕਹਿ ਦਿਉ ਕਿ ਮੇਰੀ ਲੱਕ ਹੈ ਕਿ ਜੋ ਮੇਰੇ ਸੰਗੀਤ ਦੇ ਉਸਤਾਦ ਸਨ, ਉਸਤਾਦ ਜੀ ਅਵਤਾਰ ਸਿੰਘ ਜੀ ਨਾਜ਼। ਅੱਛਾ, ਨਾਜ਼ ਸਾਹਿਬ। ਨਾਜ਼ ਸਾਹਿਬ, ਉਹ ਲਗਭਗ ਉਹਨਾਂ ਨੇ ਕੋਈ 40-45 ਸਾਲ ਦੇ ਕਰੀਬ ਉੱਥੇ ਸੇਵਾ ਕੀਤੀ ਹੈ। ਅੱਛਾ ਜੀ। ਔਰ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਰਵਿੰਦਰ ਸਿੰਘ ਜੀ, ਭਾਈ ਬਖਸ਼ੀਸ਼ ਸਿੰਘ ਜੀ, ਉਹ ਮੈਂ ਕਦੇ ਕਦੇ ਬੜੇ ਮਾਣ ਨਾਲ ਕਹਿੰਦਾ ਹੁੰਦਾ ਕਿ ਮੈਂ ਉਹਨਾਂ ਦਾ ਗੁਰ ਭਾਈ ਹੈਗਾ ਕਿਉਂਕਿ ਅਸੀਂ ਇੱਕੋ ਟੀਚਰ ਕੋਲੋਂ ਸੰਗੀਤ, ਗੁਰਮਤਿ ਸੰਗੀਤ ਦੀ ਸਿੱਖਿਆ ਲਈ ਹੈ। ਅੱਛਾ ਜੀ। ਸੋ 1996 ਤੋਂ 1999 ਤੱਕ ਮੈਂ ਇੱਥੇ ਗੁਰਮਤਿ ਕੋਰਸ ਕੀਤਾ। ਉਸ ਤੋਂ ਬਾਅਦ ਐਸ ਜੀ ਪੀ ਸੀ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ, ਹਾਪੜ ਸਿੱਖ ਮਿਸ਼ਨ ਯੂਪੀ ਦੇ ਵਾਸਤੇ। ਇੱਕ ਸਾਲ ਮੈਂ ਉੱਥੇ ਸਰਵਿਸ ਕੀਤੀ। ਉਸ ਤੋਂ ਬਾਅਦ ਮੈਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਸੇਵਾ ਕਰਨ ਦਾ ਮਾਣ ਹਾਸਲ ਹੋਇਆ। ਅੱਛਾ ਜੀ। ਭਾਈ ਅਮਰੀਕ ਸਿੰਘ ਜੀ ਕਠਿਆਲੀ, ਉਹਨਾਂ ਦੇ ਨਾਲ ਮੈਂ ਐਜ਼ ਅ ਸਹਾਇਕ ਸੀਗਾ ਕਿਉਂਕਿ ਗੱਲ ਆ ਜਦੋਂ ਕੋਈ 14-15 ਸਾਲ ਪੁਰਾਣੀ ਹੈ, ਮੈਂ ਕਾਫੀ ਛੋਟਾ ਸੀ ਸਮਝ ਲਓ ਉਸ ਟਾਈਮ। ਅੱਛਾ ਜੀ। ਔਰ ਉਸ ਤੋਂ ਬਾਅਦ ਕੁਛ ਇਸ ਤਰ੍ਹਾਂ ਦਾ ਸਿਲਸਿਲਾ ਬਣਿਆ। ਪੋਲੈਂਡ ਦੇ ਵਿੱਚ ਸਿੱਖ ਸੰਗਤ ਨੇ ਫੈਸਲਾ ਕੀਤਾ ਕਿ ਗੁਰਦੁਆਰਾ ਸਾਹਿਬ ਦੀ ਓਪਨਿੰਗ ਕੀਤੀ ਜਾਵੇ। ਅੱਛਾ ਜੀ। ਔਰ ਕੋਇਨਸੀਡੈਂਸ ਇਸ ਤਰ੍ਹਾਂ ਦਾ ਬਣਿਆ, ਉਦੋਂ ਇੱਥੇ ਸਰਦਾਰ ਦਵਿੰਦਰ ਸਿੰਘ ਹੁੰਦੇ ਸਨ ਜਿਨ੍ਹਾਂ ਨੇ ਕਾਫੀ ਜ਼ਿਆਦਾ ਮੁਸ਼ਕਤ ਕੀਤੀ ਹੈ ਗੁਰਦੁਆਰਾ ਸਾਹਿਬ ਦੀ ਓਪਨਿੰਗ ਵਾਸਤੇ। ਉਹਨਾਂ ਨੇ ਸਾਡੇ ਨਾਲ ਫਿਰ ਕੋਈ ਉਹਨਾਂ ਦਾ ਮੇਲ ਹੋਇਆ ਗੁਰੂ ਨਗਰੀ 'ਤੇ, ਔਰ ਅਸੀਂ ਇੱਕ ਸਾਲ ਲਈ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਪੋਲੈਂਡ ਆਏ। ਅੱਛਾ ਜੀ। ਪੂਰਾ ਜਥਾ। ਅੱਛਾ ਜੀ। ਫਿਰ ਕੁਛ ਸਿਲਸਿਲਾ ਪਿਆਰ ਇਸ ਤਰ੍ਹਾਂ ਦਾ ਬਣਿਆ ਕਿ ਬਾਅਦ ਵਿੱਚ ਵਾਪਸੀ ਨਹੀਂ ਜਾਇਆ ਹੋਇਆ। ਅੱਛਾ ਜੀ। ਇੱਥੇ ਬੈਠੇ ਹਾਂ, ਗੁਰਦੁਆਰਾ ਸਾਹਿਬ ਸੇਵਾ ਚੱਲ ਰਹੀ ਹੈ। ਅੱਛਾ ਜੀ। ਔਰ ਅੱਜ ਕੱਲ੍ਹ ਮੁੱਖ ਜੋ ਗ੍ਰੰਥੀ ਦੇ ਤੌਰ 'ਤੇ ਮੈਂ ਹੀ ਸੇਵਾ ਕਰ ਰਿਹਾ ਉੱਥੇ। ਭਾਈ ਅਮਰੀਕ ਸਿੰਘ ਜੀ ਅੱਜ ਕੱਲ੍ਹ ਫਰੈਂਕਫਰਟ ਗੁਰਦੁਆਰਾ ਸਾਹਿਬ ਸੇਵਾ ਕਰਦੇ ਨੇ। ਅੱਛਾ ਜੀ। ਸੋ ਇਸ ਤਰ੍ਹਾਂ ਉੱਥੇ ਮਾਹੌਲ ਹੈ। ਸੋ ਪੋਲੈਂਡ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਰਹਿੰਦਿਆਂ ਨੂੰ ਭਾਜੀ? ਪੋਲੈਂਡ ਦੇ ਵਿੱਚ ਐਗਜ਼ੈਕਟਲੀ 10 ਸਾਲ ਬੀਤ ਗਏ ਨੇ। 10 ਸਾਲ ਹੋ ਗਏ ਆ। ਹਾਂਜੀ। 10 ਸਾਲ ਤੋਂ ਗੁਰੂ ਘਰ ਉੱਥੇ ਹੈਗਾ ਆ। ਹਾਂਜੀ, 10 ਸਾਲ ਤੋਂ 1 ਅਗਸਤ 2004। ਅੱਛਾ ਜੀ। ਇਹ ਪਹਿਲਾ ਦਿਨ ਸੀ ਗੁਰਦੁਆਰਾ ਸਾਹਿਬ ਦੀ ਓਪਨਿੰਗ ਦਾ। ਅੱਛਾ ਜੀ। ਔਰ ਅਸੀਂ ਜੋ ਪਹਿਲਾ ਵੀਕਐਂਡ ਸੀਗਾ ਇਸ ਮਹੀਨੇ ਦਾ, ਉਹਦੇ ਵਿੱਚ ਅਸੀਂ 10ਵੀਂ ਵਰ੍ਹੇਗੰਢ ਨੂੰ ਮਨਾਇਆ ਗੁਰਦੁਆਰਾ ਸਾਹਿਬ ਦੀ ਓਪਨਿੰਗ ਵਾਸਤੇ। ਅੱਛਾ। ਸੋ ਆਪਣੀ ਕਿੰਨੀ ਕੁ ਸਿੱਖ ਕਮਿਊਨਿਟੀ ਰਹਿੰਦੀ ਹੈ ਜੀ ਪੋਲੈਂਡ ਦੇ ਵਿੱਚ? ਸਿੱਖ ਕਮਿਊਨਿਟੀ ਗਿਣਤੀ ਵਜੋਂ ਤਾਂ ਕਾਫੀ ਥੋੜ੍ਹੀ ਹੈ ਜੇ ਅਸੀਂ ਕੰਪੇਅਰ ਕਰੀਏ ਵੈਸਟ ਯੂਰਪ ਦੀ ਕੰਟਰੀਜ਼ ਨਾਲ। ਹਾਂਜੀ। ਸਾਡੇ ਕੋਲ ਉੱਥੇ ਕੋਈ 30-40 ਪਰਿਵਾਰ ਹੋਣਗੇ ਸਿੱਖ ਕਮਿਊਨਿਟੀ ਦੇ, ਵਾਰਸਾ ਦੇ ਵਿੱਚ। ਹਾਂਜੀ। ਔਰ ਸਿੰਧੀ ਸੰਗਤ ਦਾ ਬਹੁਤ ਸਹਿਯੋਗ ਹੈ। ਸਿੰਧੀ ਸੰਗਤ ਜੋ ਸਿੰਧ, ਜੋ ਪਾਕਿਸਤਾਨ ਦਾ ਸੂਬਾ ਹੈ ਔਰ ਜੋ ਉੱਥੋਂ ਲੋਕ ਹਿਜਰਤ ਕਰਕੇ ਇੰਡੀਆ ਆ ਗਏ ਸਨ, ਉਹਨਾਂ ਨੂੰ ਸਿੰਧੀ ਸੰਗਤ ਕਹਿੰਦੇ ਨੇ। ਔਰ ਉਹਨਾਂ ਦੀ ਕੋਈ ਸੌਖ ਫੈਮਿਲੀ ਹੋਏਗੀ ਵਾਰਸਾ ਦੇ ਵਿੱਚ। ਸੋ ਇਸ ਤਰ੍ਹਾਂ ਸੰਗਤ ਮਿਲ ਕੇ ਹੈ, ਆਪਸੀ ਬੜਾ ਪਰਸਪਰ ਸਹਿਯੋਗ ਹੈ ਸੰਗਤ ਦਾ। ਸਿੰਧੀ ਸੰਗਤ ਨੇ ਬਹੁਤ ਜ਼ਿਆਦਾ ਉੱਥੇ
ਉਹ ਇੱਕ ਤਰੀਕੇ ਨਾਲ ਉਹ ਪਾਰਟ ਹੀ ਨੇ ਸਾਡਾ ਨਾ ਸਿੱਖਿਜ਼ਮ ਦਾ। ਜੇ ਤੁਸੀਂ ਕਦੇ ਉੱਥੇ ਜਾਓ, ਪੋਲੈਂਡ ਆਓ, ਤੁਸੀਂ ਦੇਖੋ, ਤੁਸੀਂ ਮਹਿਸੂਸ ਨਹੀਂ ਕਰ ਸਕੋਗੇ ਕਿ ਇਹ ਕਿਸ ਤਰ੍ਹਾਂ ਹੈ, ਕਿ ਕਿਸ ਤਰ੍ਹਾਂ ਚੱਲ ਰਿਹਾ ਹੈ। ਇੰਨਾ ਜ਼ਿਆਦਾ ਪਿਆਰ ਦੇ ਨਾਲ ਮਿਲਦੇ ਪਏ ਨੇ, ਬੈਠੇ ਹੋਏ ਨੇ ਆਪਸ 'ਚ ਮਿਲ ਕੇ, ਬਿਲਕੁਲ ਇੱਕੋ ਜਿਹਾ ਹੈਗਾ ਮਾਹੌਲ, ਬਿਲਕੁਲ ਕੋਈ ਉਹਦੇ ਵਿੱਚ ਨਾ ਤੁਸੀਂ ਗੈਪ ਨਹੀਂ ਕਰ ਸਕਦੇ। ਬੜੇ ਪਿਆਰ ਨਾਲ ਉਹ ਰਹਿੰਦੇ ਨੇ, ਫਾਈਨੈਂਸ਼ਲੀ ਬਹੁਤ ਜ਼ਿਆਦਾ ਉਹ ਮਦਦ ਕਰਦੇ ਨੇ, ਔਰ ਸਾਰਾ ਦਾ ਸਾਰਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਉਹ ਮਤਲਬ ਕਿ ਬੜੇ ਪਿਆਰ ਦੇ ਨਾਲ, ਕਦੇ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਬਣਿਆ ਕਿ ਜਿਹਨੂੰ ਤੁਸੀਂ ਕਹਿ ਦਿਓ ਕਿ ਕਦੇ ਦੋ ਕਮਿਊਨਿਟੀਆਂ ਮਿਲ ਕੇ ਬੈਠੀਆਂ ਨੇ, ਇਸ ਤਰ੍ਹਾਂ ਨਜ਼ਰ ਨਹੀਂ ਆਉਂਦਾ ਉੱਥੇ ਕਦੇ। ਸੋ ਯਾਦਵਿੰਦਰ ਸਿੰਘ ਜੀ, ਤੁਸੀਂ ਦੱਸਦੇ ਕਿ ਪੋਲੈਂਡ ਦੇ ਵਿੱਚ ਸਿੱਖ ਕਮਿਊਨਿਟੀ ਬੜੀ ਘੱਟ ਹੈ। ਹਾਂਜੀ, ਪਰ ਜੇ ਅਸੀਂ ਗੱਲ ਕਰਦੇ ਹਾਂ ਸਮਾਜਿਕ ਤੌਰ 'ਤੇ, ਜੀ ਜੀ, ਸਮਾਜਿਕ ਤੌਰ 'ਤੇ ਤਾਂ ਇੱਦਾਂ ਮੰਨਿਆ ਜਾਂਦਾ ਕਿ ਜਿੱਦਾਂ ਹੁਣ ਪੋਲੈਂਡ ਦੇ ਵਿੱਚੋਂ ਲੋਕ ਦੂਜੀਆਂ ਕੰਟਰੀਆਂ ਜਾ ਕੇ ਕੰਮ ਕਾਰ ਕਰਦੇ ਨੇ, ਅਤੇ ਹੁਣ ਸਿੱਖ ਭਾਈਚਾਰਾ ਤਾਂ ਉੱਥੇ ਕਿੱਦਾਂ ਦਾ ਕੰਮ ਕਰ ਰਿਹਾ, ਕਿੱਦਾਂ ਜੀਵਨ ਬਤੀਤ ਕਿਵੇਂ ਚੱਲਦਾ ਹੈ? ਇਸ ਤਰ੍ਹਾਂ ਇਹ ਗੱਲ ਦਰੁਸਤ ਹੈ ਕਿ ਪੋਲੈਂਡ ਦੇ ਆਪਣੇ ਜਿਹੜੇ ਸਿਟੀਜ਼ਨ ਨੇ ਉਹ ਯੂਰਪ ਕੰਟਰੀਜ਼ ਦੇ ਵਿੱਚ ਆ ਕੇ ਜਾਂ ਕੈਨੇਡਾ ਅਮੈਰੀਕਾ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਜੀ, ਉਹਦੇ ਕੁਛ ਅਲੱਗ ਇਕੁਏਸ਼ਨ ਵੀ ਹੋ ਸਕਦੇ ਨੇ। ਕਮਿਊਨਿਟੀ ਜ਼ਿਆਦਾ, ਸਿੱਖ ਕਮਿਊਨਿਟੀ ਜ਼ਿਆਦਾ ਪੋਲੈਂਡ ਦੇ ਵਿੱਚ ਨਹੀਂ, ਇਹ ਵੀ ਇਹਦਾ ਕਾਰਨ ਹੈਗਾ, ਕਿਉਂਕਿ ਪੋਲੈਂਡ ਐਕਚੁਲੀ ਯੂਰਪ ਦੀ ਗੇਟਵੇ ਰਿਹਾ ਬੜੇ ਚਿਰ ਤੋਂ। ਮੇਰੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟ ਵਗੈਰਾ ਜਾਂ ਜਿਸ ਤਰ੍ਹਾਂ ਵੀ ਆਪਸ਼ਨ ਹੁੰਦੇ ਨੇ ਪਹੁੰਚਣ ਦੇ, ਆਉਂਦੇ ਨੇ ਲੋਕ, ਫਿਰ ਉਹ ਆਪਣਾ ਦੇਖ ਕੇ ਕਿ ਹਾਂ ਇੱਥੇ ਸੂਟ ਕਰਦਾ, ਦੂਸਰੀ ਕੰਟਰੀ ਸੂਟ ਕਰਦਾ, ਚਲੇ ਜਾਂਦੇ ਨੇ। ਸੋ ਪੋਲੈਂਡ ਇੱਕ ਤਰੀਕੇ ਨਾਲ ਗੇਟਵੇ ਰਿਹਾ ਯੂਰਪ ਦੀ, ਲੋਕ ਆਉਂਦੇ ਨੇ, ਆਪਣੀ ਸੈਟਿੰਗ ਦੇਖਦੇ ਨੇ, ਇਸ ਤਰ੍ਹਾਂ ਹੋ ਸਕਦਾ, ਇਸ ਤਰ੍ਹਾਂ ਹੋ ਸਕਦਾ, ਕਾਰੋਬਾਰੀ ਆਪਸ਼ਨ ਵੀ ਦੇਖਦੇ ਨੇ। ਪਰ ਇਹ ਕਿ ਉੱਥੇ ਇਸ ਤਰ੍ਹਾਂ ਦੇ ਜੋ ਹੁਣ ਜੋ ਪਰਿਵਾਰ ਸਾਡੇ ਕੋਲ ਉੱਥੇ ਬੈਠੇ ਨੇ ਇਸ ਟਾਈਮ, ਉਹ ਸਥਾਪਿਤ ਨੇ, ਉਹ ਉੱਥੇ ਨੇ, ਉਹਨਾਂ ਦੇ ਵਿੱਚੋਂ ਕੁਛ ਪਰਿਵਾਰ 20 ਸਾਲ ਤੋਂ ਉੱਥੇ ਨੇ। ਹਾਂਜੀ, ਸੋ ਇਹ ਡਿਪੈਂਡ ਕਰਦਾ ਹੈ ਕਿ ਜ਼ਿਆਦਾਤਰ ਫਿਰ ਬਿਜ਼ਨਸ ਉਹਨਾਂ ਦਾ ਜੀ, ਬਿਜ਼ਨਸ ਨੇ ਕੱਪੜੇ ਦਾ। ਸਿੰਧੀ ਕਮਿਊਨਿਟੀ ਤਾਂ ਸਮਝ ਲਓ ਕਿ ਉਹਨਾਂ ਨੇ ਪੂਰਾ ਕੱਪੜੇ ਦਾ ਬਿਜ਼ਨਸ, ਹੋਲਸੇਲ ਦਾ ਜੋ ਹੈ ਉਹ ਉਹਨਾਂ ਦਾ, ਉਹਨਾਂ ਦਾ ਹੀ ਸਾਰਾ। ਸਿੱਖ ਕਮਿਊਨਿਟੀ ਦਾ ਵੀ ਅਲੱਗ ਅਲੱਗ ਤਰੀਕੇ ਦੇ ਬਿਜ਼ਨਸ ਨੇ। ਸਾਡੇ ਜਿਹੜੇ ਉੱਥੇ ਵੱਡੇ ਨਾਮ ਨੇ, ਸਾਡੇ ਜੋ ਮੈਂ ਮੈਨੇਜਮੈਂਟ ਕਮੇਟੀ ਦਾ ਨਾਮ ਜ਼ਰੂਰ ਲੈਣਾ ਚਾਹਾਂਗਾ, ਕਿਉਂਕਿ ਉਹ ਮਤਲਬ ਕਿ ਮੈਂ ਕਹਿ ਰਿਹਾ ਸਤਿਕਾਰਯੋਗ ਸ਼ਖਸੀਅਤਾਂ ਨੇ ਪੋਲੈਂਡ ਦੀਆਂ, ਜਿਨ੍ਹਾਂ ਨੇ ਸਿੱਖਿਜ਼ਮ ਦਾ ਝੰਡਾ ਉੱਥੇ ਬੁਲੰਦ ਕੀਤਾ। ਸਰਦਾਰ ਅਮਰਜੀਤ ਸਿੰਘ ਨਿੱਜਰ, ਸਰਦਾਰ ਸੁਰਜੀਤ ਸਿੰਘ ਬੇਗੋਵਾਲ, ਸਰਦਾਰ ਜੇਜੀ ਸਿੰਘ, ਇਹ ਸਾਡੀ ਜੋ ਮੈਨੇਜਮੈਂਟ ਕਮੇਟੀ ਹੈ, ਇੱਕ ਟਰੱਸਟ ਹੈ ਉੱਥੇ। ਪ੍ਰਧਾਨਗੀ ਦਾ ਕਲਚਰ ਹੈ ਨਹੀਂ, ਉਹ ਸਾਰੇ ਮਤਲਬ ਮੈਨੇਜਮੈਂਟ ਦੇ ਵਿੱਚ ਆਉਂਦੇ ਨੇ, ਬੈਠਦੇ ਨੇ, ਸਲਾਹ ਮਸ਼ਵਰਾ ਕਰਦੇ ਨੇ, ਔਰ ਬਹੁਤ ਹੀ ਟਰਾਂਸਪੇਰੈਂਟ ਕਿਸਮ ਦਾ ਸਿਸਟਮ, ਬਹੁਤ ਹੀ ਪਾਰਦਰਸ਼ੀ ਕਿਸਮ ਦਾ ਪ੍ਰਬੰਧ ਹੈ ਉੱਥੇ। ਔਰ ਬਾਕੀ ਸਟੂਡੈਂਟ ਵੀ ਨੇ ਅੱਜ ਕੱਲ੍ਹ, ਛੋਟੇ ਕਿਸਮ ਦੇ ਜਿਹੜੇ ਮਤਲਬ ਕਾਰੋਬਾਰ ਨੇ, ਜਿਸ ਤਰ੍ਹਾਂ ਛੋਟੇ ਛੋਟੇ ਰੈਸਟੋਰੈਂਟ ਟਾਈਪ, ਖਾਣੇ ਦੀਆਂ ਜਿਹੜੀਆਂ ਹੁੰਦੀਆਂ ਨੇ, ਛੋਟੀਆਂ ਛੋਟੀਆਂ ਸ਼ੋਪਸ ਵਗੈਰਾ ਵੀ ਕਾਫੀ ਖੋਲੀਆਂ ਨੇ ਉੱਥੇ, ਨਵੀਂ ਜਿਹੜੀ ਜਨਰੇਸ਼ਨ ਆਈ ਹੈ। ਬਾਜੀ ਮੈਂ ਆਹੋ ਪੁੱਛਣਾ ਸੀ ਦਾ, ਹਾਊ ਹੈਜ਼ ਦ ਸਿੱਖ ਕਮਿਊਨਿਟੀ ਮਿਕਸਡ ਵਿਦ ਪੋਲੈਂਡ? ਵਾਟ ਵੁੱਡ ਯੂ ਲਾਈਕ ਟੂ ਸੇ ਅਬਾਊਟ ਦੈਟ? ਇਹਦੇ ਬਾਰੇ ਤੁਸੀਂ ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਉਹਦੇ ਇੱਕ ਫੈਕਟਰ ਹੈਗਾ ਬੜਾ ਵੱਡਾ, ਇੰਡੋ ਪੋਲਿਸ਼ ਫੈਮਲੀਜ਼ ਕਾਫੀ ਨੇ। ਹਾਂਜੀ, ਜਿਸ ਤਰ੍ਹਾਂ ਪੋਲਿਸ਼ ਲੜਕੀਆਂ ਨੇ ਔਰ ਆਪਣੇ ਪੰਜਾਬੀ ਲੜਕੇ ਨੇ, ਉਹਨਾਂ ਦੀਆਂ ਫੈਮਲੀਜ਼ ਨੇ, ਸਟੇਬਲ ਫੈਮਲੀਜ਼ ਨੇ, ਉਹਨਾਂ ਦੇ ਬੱਚੇ ਨੇ, ਇਸ ਤਰ੍ਹਾਂ ਦੀਆਂ ਫੈਮਲੀਜ਼ ਵੀ ਅਰਾਊਂਡ ਕੋਈ 100 ਦੇ ਕਰੀਬ ਹੋਣਗੀਆਂ, ਵੀ ਆਪਣੇ ਪੋਲਿਸ਼ ਕੁੜੀਆਂ ਅਤੇ ਆਪਣੇ ਮੁੰਡੇ, ਜੀ ਜੀ, ਜਿਹੜੀਆਂ ਕਿ ਰਹਿ ਰਹੀਆਂ ਨੇ ਵਰਸਾ 'ਚ ਇਸ ਟਾਈਮ। ਔਰ ਇਸ ਤਰ੍ਹਾਂ ਦੇ ਵੀ ਕਾਫੀ ਲੋਕ ਨੇ ਜੋ ਉੱਥੋਂ ਚਲੇ ਗਏ ਨੇ ਅੱਗੇ ਫੈਮਲੀਜ਼ ਦੇ ਨਾਲ ਹੀ, ਵਕਤ ਬਾ ਵਕਤ ਉਹਨਾਂ ਦੇ ਨਾਲ ਰਾਬਤਾ ਹੁੰਦਾ ਰਹਿੰਦਾ, ਉਹ ਦੇਖਦੇ ਨੇ ਇੰਟਰਨੈਟ 'ਤੇ ਗੁਰਦੁਆਰਾ ਸਾਹਿਬ ਦੀ ਓਪਨਿੰਗ ਹੋਈ ਹੈ, ਉਹਨਾਂ ਨੂੰ ਬੜਾ ਅੱਛਾ ਲੱਗਦਾ, ਕਿਉਂਕਿ ਇਹ ਬੜਾ ਮੁਸ਼ਕਿਲ ਜਿਹਾ ਲੱਗਦਾ ਕਿ ਪੋਲੈਂਡ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਓਪਨਿੰਗ, ਕਿਉਂਕਿ ਉੱਥੇ 10 ਦੇਸ਼ਾਂ ਦੇ ਵਿੱਚ ਕੋਈ ਗੁਰਦੁਆਰਾ ਨਹੀਂ। ਈਸਟ ਯੂਰਪ ਦੇ ਵਿੱਚ ਸਿੱਖਿਜ਼ਮ ਨੂੰ ਲੋਕ ਜਾਣਦੇ ਵੀ ਨਹੀਂ ਈਵਨ ਪਹਿਲਾਂ। ਸੋ ਇੱਥੇ ਇੱਕ ਸਵਾਲ ਖੜਾ ਹੁੰਦਾ ਕਿ ਜੇ ਤੁਸੀਂ ਦੱਸਦੇ ਹੋ ਕਿ ਅੱਜ ਤੋਂ 10 ਸਾਲ ਪਹਿਲਾਂ ਉੱਥੇ ਗੁਰੂ ਘਰ ਦੀ ਓਪਨਿੰਗ ਹੋਈ ਅਤੇ ਪਿਛਲੇ 10 ਸਾਲ ਤੋਂ ਤੁਸੀਂ ਉੱਥੇ ਰਹਿ ਰਹੇ ਹੋ, ਜੀ ਜੀ, ਇਸ 10 ਸਾਲ ਦਾ ਸਫ਼ਰ ਤੁਹਾਨੂੰ ਤੁਸੀਂ ਕੀ ਕੰਪੈਰੀਜ਼ਨ ਕਰਦੇ ਹੋ ਵੀ ਜਿੱਦਣ ਪਹਿਲੇ ਦਿਨ ਗੁਰਦੁਆਰਾ ਸਾਹਿਬ ਦੀ ਓਪਨਿੰਗ ਹੋਈ ਅਤੇ ਅੱਜ 10 ਸਾਲ ਹੋ ਗਏ ਆ, ਹਾਂਜੀ, ਸੋ ਇਹਨਾਂ 10 ਸਾਲਾਂ ਦੇ ਵਿੱਚ ਸਿੱਖ ਧਰਮ ਦਾ ਕਿੰਨਾ ਕੁ ਪ੍ਰਚਾਰ ਕੀਤਾ ਗਿਆ ਕਿਸੇ ਵੀ ਆਨੇ ਬਹਾਨੇ ਜਾਂ ਕਿਸੇ ਵੀ ਈਵੈਂਟ ਦੇ ਰਾਹੀਂ, ਅਤੇ ਕਿੱਦਾਂ ਦੇ ਰਿਜ਼ਲਟ ਸਾਹਮਣੇ ਆਏ, ਕਿਹੋ ਜਿਹਾ ਰਿਲੇਸ਼ਨ ਬਿਲਡਅਪ ਹੋਇਆ ਪੋਲਿਸ਼ ਕਮਿਊਨਿਟੀ ਦੇ ਨਾਲ ਸਿੱਖਾਂ ਦਾ? ਇਸ ਤਰ੍ਹਾਂ ਇੱਕ ਬੇਸਿਕ ਜੀ ਉਹਦੇ ਵਿੱਚ ਗੱਲ ਪਹਿਲਾਂ ਆਉਂਦੀ ਹੈ ਕਿ ਅਸੀਂ ਨਾ ਉੱਥੇ ਬਿਲਕੁਲ ਹੀ ਜਿਹਨੂੰ ਕਹਿ ਦਿਓ ਮੁੱਢਲੇ ਪੜਾਅ 'ਤੇ ਖੜੇ ਹਾਂ ਸਿੱਖਿਜ਼ਮ ਦੇ ਬਾਰੇ ਜੀ। ਸਾਡਾ ਜੋ ਮੇਨ ਮਕਸਦ ਹੈ ਇਸ ਟਾਈਮ ਉਹ ਹੈ ਕਿ ਪੋਲਿਸ਼ ਕਮਿਊਨਿਟੀ ਨੂੰ ਇਹ ਦੱਸਣਾ ਕਿ ਹੂ ਆਰ ਸਿੱਖਸ, ਪਹਿਲੀ ਗੱਲ ਨਾ, ਕਿਉਂਕਿ ਅਸੀਂ ਉੱਥੇ ਮੁੱਢਲੇ ਪੜਾਅ 'ਤੇ ਖੜੇ ਹਾਂ ਬਿਲਕੁਲ ਬਿਲਕੁਲ, ਕਿ ਮੈਂ ਥੋੜ੍ਹਾ ਜਿਹਾ ਅਸੀਂ ਸੋਚੀਏ ਤਾਂ ਅਸੀਂ ਸਮਝ ਲਓ ਕਿ UK ਨਾਲੋਂ ਕੋਈ 150 ਸਾਲ ਪਿੱਛੇ ਖੜੇ ਇਸ ਮਾਮਲੇ 'ਚ, ਸਿੱਖਿਜ਼ਮ ਦੇ ਮਾਮਲੇ 'ਚ ਜੀ, ਕਿਉਂਕਿ ਅਸੀਂ ਉੱਥੇ ਅਜੇ ਤੁਸੀਂ ਬਿਲੀਵ ਨਹੀਂ ਕਰੋਗੇ 10 ਸਾਲ ਪਹਿਲਾਂ ਉੱਥੇ ਕੋਈ ਵੀ
छोटा सिख बच्चा नहीं सी हैगा जिहड़ा तुसीं कहदे कि बिल्कुल पंजाबी फैमिली दोनों कपल पंजाबी होण उन्हां दा बच्चा होवे समझ हो। हुण आण के इस तरह कुछ फैमिलीज आईयां ने जिहड़ियां कि हुण उत्थे एक छुट्टी अपनी नैक्सट जनरेशन शुरू होई है। सो असीं सोचदे हाँ कि सब तो पहलां असीं अपनी पछाण दसी इन्हां लोकां नूं सब साडा मुढ़ला यही रहेगा। उहदे विच असीं कोशिश करदे हाँ पॉलिश जिहड़ा लैंग्एज है इहदे विच गुरद्वारा साहिब सिखिज़म दा जो भी कंसैप्ट ने जो भी जरूरी बेसिक चीज़ां ने जो दसणियां जरूरी बणदियां ने ਉਹ ਅਸੀਂ ਟਰਾਂਸਲੇਟ ਕਰਾ ਰਹੇ ਹਾਂ ਉਹਦੇ ਵਿੱਚ। ਫਿਰ ਉਸ ਤੋਂ ਬਾਅਦ ਅਸੀਂ ਮੀਡੀਆ ਦਾ ਸਹਿਯੋਗ ਲੈ ਰਹੇ ਹਾਂ। ਇੱਕ ਡਾਕੂਮੈਂਟਰੀ ਅਸੀਂ ਬਣਾਈ ਹੋਈ ਹੈ ਗੁਰਦੁਆਰਾ ਸਾਹਿਬ ਦੇ ਸੰਬੰਧ ਵਿੱਚ ਜੋ ਕਿ ਪੋਲਿਸ਼ ਵਿੱਚ ਡੱਬ ਹੈਗੀ ਹੈ ਉਹ 30 ਮਿੰਟ ਦੀ ਡਾਕੂਮੈਂਟਰੀ ਹੈ ਜਿਹੜੀ ਕਿ ਉਹ ਕਾਫੀ ਪਸੰਦ ਕੀਤੀ ਜਾਂਦੀ ਹੈ ਕਿਉਂਕਿ ਹਰ ਸਾਲ ਉਹ ਵਿਸਾਖੀ ਦੇ ਉੱਪਰ ਉਹ ਦਿਖਾਉਂਦੇ ਨੇ ਨੈਸ਼ਨਲ ਚੈਨਲ ਦੇ ਉੱਪਰ ਉਸਨੂੰ ਉਸ ਡਾਕੂਮੈਂਟਰੀ ਨੂੰ। ਸੋ ਯਾਦਵਿੰਦਰ ਭਾਅ ਜੀ ਡਾਕੂਮੈਂਟਰੀ ਤੁਸੀਂ ਗੱਲ ਕੀਤੀ ਬੜੀ ਚੰਗੀ ਚੀਜ਼ ਹੈ। ਹਾਂਜੀ ਜਦੋਂ ਕੋਈ ਦਿਨ ਤਿਉਹਾਰ ਹੁੰਦਾ ਜੀ ਖਾਸ ਤੌਰ ਤੇ ਗੱਲ ਸਾਡੇ ਸਿੱਖਾਂ ਦਾ ਸਭ ਤੋਂ ਵੱਡਾ ਤਿਉਹਾਰ ਵਿਸਾਖੀ ਨੂੰ ਅਸੀਂ ਵੱਡੇ ਪੱਧਰ ਤੇ ਮਨਾਉਂਦੇ ਹਾਂ। ਸੋ ਉਦੋਂ ਫਿਰ ਲੋਕਲ MPs ਕੌਂਸਲਰ ਜਾਂ ਉੱਥੋਂ ਦੇ ਜਿਹੜੇ ਹੈਗੇ ਆ ਪੋਲੀਟੀਕਲ ਲੈਵਲ ਦੇ ਜਿਹੜੇ ਉਹਨਾਂ ਦੇ ਗੱਲ ਤੁਸੀਂ ਕਿੰਨਾ ਕੁ ਨੂੰ ਇਨਵਾਈਟ ਕੀਤਾ ਜਾਂਦਾ ਹੈ ਤਾਂ ਕਿ ਉਹ ਇਸ ਚੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਣ ਸਕਣ? ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਜੋ ਸਾਡਾ ਆਪਣਾ ਰੀਜ਼ਨ ਹੈਗਾ ਉੱਥੋਂ ਦੇ ਜਿਹੜੇ ਅਸੀਂ ਗਮੀਨਾ ਬੋਲ ਦਿੰਦੇ ਨੇ ਪੋਲਿਸ਼ ਲੈਂਗੁਏਜ ਵਿੱਚ ਉੱਥੋਂ ਦੇ ਜੋ ਚਾਰਜ ਰੱਖਦੇ ਨੇ ਉਹ ਵੀ ਸਾਨੂੰ ਇਨਵਾਈਟ ਕਰਦੇ ਨੇ। ਮੈਨੂੰ ਯਾਦ ਹੈ ਪਿੱਛੇ ਵੀ ਇੱਕ ਨਵਾਂ ਮੈਡੀਕਲ ਜੋ ਪਾਰਟ ਸੀਗਾ ਇੱਕ ਹੋਸਪਿਟਲ ਦਾ ਉਹਨਾਂ ਨੇ ਨਾ ਅਲੱਗ ਇੱਕ ਸ਼ੁਰੂ ਕੀਤਾ ਸੀਗਾ ਸੈਗਮੈਂਟ ਉਹਨੂੰ ਡਿਵੈਲਪ ਕੀਤਾ ਸੀ ਹੋਸਪਿਟਲ ਨੂੰ ਉਹਦੇ ਵਿੱਚ ਉਹਨਾਂ ਨੇ ਜਿਹੜਾ ਬੁਲਾਇਆ ਵਿੱਚ ਸਾਨੂੰ ਇਨਵੀਟੇਸ਼ਨ ਆਇਆ ਸੀ ਹਾਂਜੀ ਕਿ ਤੁਸੀਂ ਵੀ ਆਓ ਉੱਥੇ। ਉਸ ਤੋਂ ਇਲਾਵਾ ਜਿਹੜੇ ਉੱਥੇ ਫੇਅਰ ਹੁੰਦੇ ਨੇ ਕਮਿਊਨਿਟੀ ਫੇਅਰ ਉਹ ਸਾਨੂੰ ਬੁਲਾਉਂਦੇ ਨੇ ਉਹਦੇ ਵਿੱਚ। ਠੀਕ ਹੈ ਜੀ ਹਾਂਜੀ। ਇਸ ਤੋਂ ਇਲਾਵਾ ਕੀ ਹੈਗਾ ਕਿ ਅਸੀਂ ਰਾਬਤਾ ਰੱਖਦੇ ਹਾਂ ਈਵਨ ਇਹ ਵੀ ਬੜਾ ਅੱਛਾ ਪੱਖ ਹੈ ਕਿ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਸਾਡੇ ਆਪਣੇ ਇੰਡੀਅਨ ਅੰਬੈਸਡਰ ਵੀ ਆਉਂਦੇ ਨੇ ਜਿਹੜੇ ਅੰਬੈਸੀ ਦੇ ਹੈਗੇ ਨੇ। ਔਰ ਉਸ ਤੋਂ ਇਲਾਵਾ ਕੋਸ਼ਿਸ਼ ਕਰੀਦੀ ਜ਼ਿਆਦਾ ਤੋਂ ਜ਼ਿਆਦਾ ਪੋਲਿਸ਼ ਲੋਕਾਂ ਨੂੰ ਇਨਵਾਈਟ ਕਰਦੇ ਹਾਂ ਆਪਾਂ ਜਿਵੇਂ ਹਮੇਸ਼ਾ ਡਿਊਰਿੰਗ ਲੈਕਚਰ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਸਟੂਡੈਂਟ ਨੇ ਉਹ ਆਪਣੇ ਵੱਧ ਤੋਂ ਵੱਧ ਦੋਸਤਾਂ ਨੂੰ ਲੈ ਕੇ ਆਉਣ ਜਿਹੜੇ ਇੰਟੋ ਪੋਲਿਸ਼ ਕਪਲ ਨੇ ਉਹ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਉਣ ਤਾਂ ਕਿ ਅਸੀਂ ਇਹਨੂੰ ਡਿਵੈਲਪ ਕਰ ਸਕੀਏ ਵੱਧ ਤੋਂ ਵੱਧ ਫੇਸਬੁੱਕ ਵਗੈਰਾ। ਇੱਥੇ ਜਿੱਦਾਂ ਇੱਕ ਹੋਰ ਇਸ ਚੀਜ਼ ਦੀ ਗੱਲਬਾਤ 'ਚੋਂ ਇੱਕ ਸਵਾਲ ਸਾਹਮਣੇ ਆਉਂਦਾ ਕਿ ਜਿੱਦਾਂ ਪਿਛਲੇ 10 ਸਾਲ ਤੋਂ ਤੁਸੀਂ ਉੱਥੇ ਰਹਿ ਰਹੇ ਹੋ ਜੀ ਜੀ ਇਹਨਾਂ 10 ਸਾਲਾਂ ਦੇ ਵਿੱਚ ਕਦੀ ਇੱਦਾਂ ਦੀ ਕੋਈ ਚੀਜ਼ ਤੁਹਾਡੇ ਨਾਲ ਵਾਪਰੀ ਹੈ ਕਿ ਤੁਹਾਡੀ ਪੱਗ ਨੂੰ ਨਫ਼ਰਤ ਕੀਤੀ ਗਈ ਹੋਵੇ ਜਾਂ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਹੋਵੇ ਵੀ ਕਿ ਕਈ ਵਾਰ ਕਿ ਲੋਕ ਪੱਗ ਦਾ ਮਖੌਲ ਲਾਉਂਦੇ ਜਿਹਨਾਂ ਨੂੰ ਨਹੀਂ ਪਤਾ ਹੁੰਦਾ? ਤੁਹਾਡਾ ਸਵਾਲ ਬੜਾ ਕੀਮਤੀ ਹੈ। ਮੈਂ ਥੋੜ੍ਹੀ ਜਿਹੀ ਇਹਦੇ ਬਾਰੇ ਥੋੜ੍ਹੀ ਜਿਹੀ ਡਿਫਰੈਂਟ ਰਾਏ ਰੱਖਦਾ ਆਮ ਨਾਲੋਂ। ਇੱਕ ਤਾਂ ਮੈਂ ਸੋਚਦਾ ਹੁੰਦਾ ਕਿ ਜਦੋਂ ਕੋਈ ਬਾਈ ਚਾਂਸ ਮੈਂ ਜਾ ਰਿਹਾ ਮੈਂ ਵਟਸਐਪ ਸੈਂਟਰ ਦੇ ਵਿੱਚ ਜਾ ਰਿਹਾ ਕਿਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਕਿ ਕਿਉਂਕਿ ਮੈਂ ਆਪਣੇ ਆਪ ਨੂੰ ਉੱਥੇ ਇੱਕ ਅਨਅਫੀਸ਼ੀਅਲ ਅੰਬੈਸਡਰ ਵਜੋਂ ਮੈਂ ਵਿਚਰਦਾ ਪੋਲੈਂਡ ਦੇ ਵਿੱਚ ਕਿਉਂਕਿ ਤੁਹਾਨੂੰ ਉੱਥੇ ਕੋਈ ਮਿਲੇਗਾ ਨਹੀਂ ਪੱਗ ਵਾਲਾ ਜਾ ਰਿਹਾ ਰੋਡ ਦੇ ਉੱਪਰ। ਸੋ ਜਦੋਂ ਕੋਈ ਮੈਨੂੰ ਦੇਖੇਗਾ ਤਾਂ ਮੈਂ ਇੱਕ ਚੱਲਦਾ ਫਿਰਦਾ ਅੰਬੈਸਡਰ ਸਿੱਖਿਜ਼ਮ ਦਾ ਉੱਤੇ ਕਿਉਂਕਿ ਉੱਥੇ ਕਮਿਊਨਿਟੀ ਨਹੀਂ ਬਿਲਕੁਲ। ਕਦੇ ਕਦੇ ਇੱਦਾਂ ਹੁੰਦਾ ਕਿ ਵਾਰਸੋ 'ਚ ਸਮਝ ਲਓ ਪੂਰੇ ਵਾਰਸੋ ਇੱਕ ਮੈਟਰੋ ਸਿਟੀ ਹੈ ਕੈਪੀਟਲ ਹੈ ਪੋਲੈਂਡ ਦੀ ਕਦੇ ਕਦੇ ਹੋ ਸਕਦਾ ਕਿ ਮੈਂ ਹੀ ਇਕੱਲਾ ਸਿੱਖੂਵਾਂ ਉੱਥੇ ਪੱਗ ਵਾਲਾ ਪੂਰੀ ਸਿਟੀ ਦੇ ਵਿੱਚ। ਸੋ ਕੀ ਹੁੰਦਾ ਕਿ ਕਦੇ ਕਦੇ ਕੋਈ ਸਟ੍ਰੇਂਜ ਤਰੀਕੇ ਨਾਲ ਤੁਹਾਨੂੰ ਦੇਖਦਾ। ਪਹਿਲੀ ਗੱਲ ਹੈ ਕਿ ਉਹ ਕਮਿਊਨਿਟੀ ਥੋੜ੍ਹੀ ਹੁਣ ਡਿਵੈਲਪ ਹੋ ਰਹੇ ਨੇ ਮੈਂਟਲੀ ਬੜਾ ਚਿਰ ਉਹ ਕਮਿਊਨਿਜ਼ਮ ਦੇ ਥੱਲੇ ਦੱਬੇ ਰਹੇ ਨੇ 1993 ਦੇ ਵਿੱਚ ਆਜ਼ਾਦ ਹੋਏ ਨੇ। ਕਦੇ ਕਦੇ ਉਹ ਦੇਖਦੇ ਵੀ ਨੇ ਨੈਚੁਰਲ ਜੀ ਗੱਲ ਆ। ਮੈਂ ਸੋਚਦਾ ਹੁੰਦਾ ਕਿ ਜਦੋਂ ਗੋਰੇ ਇੰਡੀਆ ਆਉਂਦੇ ਹੁੰਦੇ ਸੀ ਜਾਂ ਅੰਮ੍ਰਿਤਸਰ ਅਸੀਂ ਗੋਰੇ ਆਉਂਦੇ ਹੁੰਦੇ ਸੀ ਤਾਂ ਆਪਾਂ ਵੀ ਉਹਨਾਂ ਨੂੰ ਇੱਦਾਂ ਦੇਖਦੇ ਹੁੰਦੇ ਸੀਗੇ ਕਿਉਂਕਿ ਜਦੋਂ ਜਾਣਕਾਰੀ ਨਹੀਂ ਤਾਂ ਉਹ ਦੇਖਣਗੇ ਨੈਚੁਰਲ ਗੱਲ ਹੈ ਨਾ। ਅਤੇ ਅਸੀਂ ਗੋਰਿਆਂ ਨੂੰ ਵੀ ਇਸ ਤਰ੍ਹਾਂ ਅੱਜ ਵੀ ਦੇਖਦੇ ਨੇ ਲੋਕ ਕਈ ਵਾਰੀ ਗੋਰਿਆਂ ਨੂੰ ਲੋਕ ਉੱਥੇ ਲੋਕ ਛੋਟੇ ਛੋਟੇ ਬੱਚੇ ਹੱਥ ਲਾ ਲਾ ਦੇਖਦੇ ਨੇ ਅੰਮ੍ਰਿਤਸਰ ਜਦੋਂ ਗੋਰੇ ਮੱਥਾ ਟੇਕਣ ਜਾਂਦੇ ਨੇ। ਸੋ ਪਹਿਲੇ ਸਟੈਪ 'ਤੇ ਤਾਂ ਇਹ ਨੈਚੁਰਲ ਹੈ ਪਹਿਲੀ ਲੁੱਕ ਨੈਚੁਰਲ ਹੈ ਜੇ ਕੋਈ ਤੁਹਾਡੇ ਵੱਲ ਥੋੜ੍ਹਾ ਜਿਹਾ ਸਟ੍ਰੇਂਜ ਦੇਖ ਰਿਹਾ। ਹਾਂ ਉਸ ਤੋਂ ਬਾਅਦ ਜੇ ਉਹ ਕੋਈ ਨਸਲੀ ਕਿਸਮ ਦੀ ਟਿੱਪਣੀ ਕਰਦਾ ਤੁਹਾਡੇ 'ਤੇ ਦੈਟਸ ਨੋਟ ਨੈਚੁਰਲ ਦੈਟਸ ਨੋਟ ਸਿਵਿਲਾਈਜ਼ਡ। ਫਿਰ ਕੀ ਹੁੰਦਾ ਕਿ ਉਹਦੇ ਬਾਰੇ ਫਿਰ ਕੀ ਹੁੰਦਾ ਕਿ ਕੁਛ ਟੋਲਰੇਟ ਵੀ ਕਰਨਾ ਪੈਂਦਾ ਪਰ ਅਜੇ ਤੱਕ ਕੋਈ ਇੱਦਾਂ ਦਾ ਮੈਨੂੰ ਨਜ਼ਰ ਨਹੀਂ ਆਇਆ ਜਿਹਨੂੰ ਮੈਂ ਖਾਸ ਤੌਰ 'ਤੇ ਕਰ ਸਕਾਂ ਇੱਥੇ। ਉਲਟਾ ਕੁਛ ਇੰਸੀਡੈਂਟ ਇੱਦਾਂ ਦੇ ਨੇ ਜਿਵੇਂ ਇੱਕ ਉਹ ਪੋਲਿਸ਼ ਐਡਵਰਟਾਈਜ਼ਮੈਂਟ ਸੀਗੀ ਉਹ ਇੱਕ ਕਮਰਸ਼ੀਅਲ ਐਡ ਸੀਗੀ ਉਹਦੇ ਵਿੱਚ ਕੀ ਹੋਇਆ ਕਿ ਮੇਰੇ ਕੋਲ ਇੱਕ ਟੀਵੀ ਚੈਨਲ ਤੋਂ ਟੀਮ ਆਈ ਉਹ ਕਹਿੰਦੇ ਕਿ ਅਸੀਂ ਇੱਕ ਐਡਵਰਟਾਈਜ਼ਮੈਂਟ ਬਣਾ ਰਹੇ ਹਾਂ ਉਹਦੇ ਵਿੱਚ ਅਸੀਂ ਇੱਕ ਇੰਡੀਅਨ ਫੇਸ ਸ਼ੋਅ ਕਰਨਾ ਕਿ ਇੰਡੀਅਨ ਲੋਕ ਪੋਲੈਂਡ ਦੇ ਵਿੱਚ ਪੈਸਾ ਇਨਵੈਸਟ ਕਰਨ ਵਾਸਤੇ ਆਉਂਦੇ ਨੇ। ਸੋ ਸਾਨੂੰ ਕੁਛ ਲੜਕੇ ਇੰਡੀਅਨ ਦੱਸੋ ਜਿਹੜੇ ਉਹਦੇ ਵਿੱਚ ਮਾਡਲਿੰਗ ਕਰ ਸਕਣ। ਇੱਕ ਲੜਕਾ ਲੀਡ ਰੋਲ ਦੇ ਵਿੱਚ ਚਾਹੀਦਾ ਸਾਨੂੰ। ਮੈਂ ਉਹਨਾਂ ਨੂੰ ਕੁਛ ਨੰਬਰ ਦਿੱਤੇ
उन्होंने फोन वगैरह किए जो परसनली मिले उन्होंने तो उन्होंने लगे कि दोबारा फिर मेरे को आए तो कहते कि सॉरी वो ढंग का सूँ फेस नहीं मिल रहा की हैगा कि असी जो नंबर सूँ दिते ने अपने इंडियन लड़कियां पंजाबी लड़कियां मोस्टली क्लीन शेवन ने और असं चाहते हैं कि असी ऐसा फेस शो करिए जो इंडियन कम्यूनिटी रिप्रजेंट करे क्योंकि जो फेस तुम दिते ने सू नहीं पता कि देशों रिलेटिड ने कोई उन्होंने देखेगा कि पता नहीं अरब तो ने या एशिया के रीजन तो पता नहीं तो फेस चाहिए क्योंकि सू पग वाला फेस चाहिए है क्योंकि सिख फेस इस तरह का जो कि इंडियन कम्यूनिटी रियली रिप्रजेंट कर रहा है जिथे यादविंदर सिंह जी उन्होंने हमने गल की कि पोलैंड ने जी रब की कृपा के नाल मौका मिले अपनी पग न प्रमोट कर सो वह प्रोमो साढ़े को रेडी है आओ देखते हैं वह प्रोमो जिस इन्होंने बासूरत इसे ही दस्ताद नाल पूरे साबसूरत सिख के रूप के रोल किया एक कमर्शियल एड आओ एक झलक देखते हैं उस एड सो यादविंदर सिंह जी इस एड न करन तो बाद किदा दा रिस्पोंस मिलिया तुहानू रिस्पोंस बड़ा अच्छा सी मैनू कई बार इस तरह जो मैं आउटिंग ते जांदा सी ते मैनू मिल पैंदे सी लोग ओह कहंदे सी यो आसा यो हां यू आर फ्रॉम द एडवर्ट यू आर दैट मस्ट हैव बीन ब्रिलियंट आई थिंक इट्स रियली ग्रेट दैट दिस एडवर्ट वाज प्लेड ऑन पोलिश टेलीविजन एंड इट सॉर्ट ऑफ रिप्रेजेंट्स द आइडेंटिटी ऑफ अ सिख एंड ऑफ अ सिंह इन हिज ट्रू फॉर्म वेयरिंग अ दस्तार व्हिच आई थिंक इज ब्रिलियंट एंड हाउ डिड इट फील व्हेन यू एक्चुअली डिड द एडवर्ट बाजी एक्चुअली इट वाज लाइक अ कोइंसिडेंस एकदम आया मेरे को मौका और अच्छा सी क्योंकि उन्होंने अपना मकसद से ये उन्होंने अपनी कमर्शियल एडवर्टाइजमेंट लेनी सी साडा मकसद मैं लगता कि चाहे थोड़ा हिडन सी असी उदे वास्ते पैसा भी नहीं खर्चा क्योंकि उल्टा उन्होंने मैं पे किया वास्ते पर साडा मकसद उन्होंने नालों ज़्यादा हल होया पता लग गया भी कोई कम्यूनिटी इत्थे रहिंदी है पूरे पूरे देश दे विच साडी ओह दस्तार दी और दस्तार भी इस तरीके कि यह जी एडवरटाइजमेंट तुम देखी है ये सिख करदार नू कोई फनी तरीके नाल नहीं दिखाया गया प्रॉपर ही इज़ रियली सिविलाइज्ड एंड ही इज़ अ बिजनेसमैन एंड नो हाउ ही डू सो वो एक बड़ा ज़्यादा ये सानू प्लस पॉइंट मिलया और पता चलिया कि असी भी बहुत सिविलाइज्ड लोग हाँ असी रियली असी बड़े मॉडर्न लोग हाँ ऐसा नहीं कि असी कोई 100 साल पिछा की सोचने वाले लोग हाँ असी मॉडर्न लोग हाँ असी मॉडर्न तरीके आने हाँ डील करते हैं सो ये समझ लो कि पॉलिश पूरे ईस्ट यूरोप की हिस्टरी के सिख किरदार की पहली एंट्री है इन याद किया जाएगा Well, congratulations, Baji, on this commercial. I do think it's a brilliant thing for the Sikh community, especially in Poland and in Europe as well. Manpreet, ek cheez hor badi sohni dekhne wali hai. Haan ji, Putin. Baji da naam vi Yadvinder Singh hai, te waqai is cheez nu yaad vi kita jayega ke first Sikh in the first advert in Poland. Ji. So, Baji, bada changa lagya. Haan ji. Gallan pata hoiyan, bada vadhiya lagya. So, as vele 10 saal baad, दरअसल निजी तौर पे जो मैं सोचदा जो सिख कंसैप्ट है इस टाइम जो पोलैंड की कंडीशन असं गल कर रहे हैं असी उत्थे बिल्कुल मुढ़ले पड़ा ते खड़े हैं संगत का बहुत ज़्यादा सहयोग है उत्थे बहुत ही तुसी बिलीव करो मतलब 10 साल तो गुरद्वारा साहब के अंदर किसी ने किसी तू कह के भी नहीं बुलाया अज तक इस तरह का प्यारा माहौल है उत्थे मैनेजमेंट बहुत ज़्यादा ट्रांसपेरेंट है मैनेजमेंट इस तरह की है कि मतलब एग्जाम्पल मैं दवांगा थोड़ी जी गल निजी हो जाएगी लेकिन एग्जाम्पल बड़ी प्यारी है कि कदे कदे कोई आपस कोई मसला होंदा है कोई वो नैगोशिएट करते हैं मैं नाम लाए सी सरदार अमरजीत सिंह निजर ने सरदार जजे सिंह ने सुरजीत सिंह बेगोवाल ने कदे कोई होंदा कि दूसरा सहमत नहीं है एक गल दे नाल तो जिहड़ा सहमत नहीं होंदा वो कहिंदा है कि देखो आई हैव राइट टू स्पीक यह मेरी राय हैगी है सहमत मैं नहीं हैगा पर जिस तरह तुसीं कह रहे हो उस तरह करांगे आपां असीं भविख च देख लवांगे कि असीं गेन कीता कि लॉस कीता जे असीं गेन करांगे फिर तुसीं सही हो जे नुकसान हो गया तो फिर असं बदलेंगे इस टर्म मतलब इन्ने प्यार दे नाल इन्हूं कहिंदे ने सिविलाइज तरीके नाल काम नूं चलाना बहुत ज़्यादा ट्रांसपेरेंट तरीके नाल काम नूं चलाना सो वो उन्हां दी खूबी है उन्हां दा वड़पण है असं देख रहे हैं साडा सब तो जो नेड़ला साडा जो असं उलीकिया होया वो है कि असीं गुरद्वारा साहिब की बिल्डिंग बनानी चाहते हैं हुण अपनी जो कि उत्थों की संगत
सहयोग करेगी बहुत, लेकिन फिर भी असं बहुत घट गिनती बच्चे हाँ। और यह गुरद्वारा साहब ईस्ट यूरोप के कम से कम 8 मुल्कों को रिप्रजेंट करेगा, इस तरह की वो कंडीशन है उत्थे। अच्छा जी। सो असं सिख चैनल के थ्रू भी यह चाहवे कि गुरद्वारा साहब की वैबसाइट gurdwara.pl है, असी जल्दी ही नेड़ भविख में ही पूरे यूरोप की संगत को पहुँचांगे मदद वास्ते, सेवा लैन वास्ते। सो सिख चैनल के थ्रू भी ये बेनती करनी चाहते हैं कि वो तो वो कोशिश करो। यस डेफिनेटली फॉर ग्रेट इनिशिएटिव, बट इट इज नाउ अनफॉर्चूनेटली कमिंग अप टू द एंड ऑफ द शो आई एम अफ्रेड। सो भाई साहब जी, विल आस्क यू फॉर योर फाइनल मैसेज। व्हाट मैसेज वुड यू लाइक टू पोर्ट्रे टू द संगता? मैं काबिल नहीं समझता अपने आप को मैसेज देने, मैं बहुत अदना बहुत छोटा इंसान हाँ, पर मैं गल करूँगा कि असी विचार के पुजारी हाँ, शब्द के पुजारी हाँ जी। पर की होंगे कि मोस्टली जो असं विचार कर बैठते हाँ किसी भी कंसैप्ट उपर, वो चाहे गुरद्वारा साहब का कंसैप्ट हो, समाजिक हो, पोलीटिकल हो, राजनीतिक हो, असं अक्सर बहस कर लग पाए, विचार नहीं होंगी। उसकी वजह नाल अज जो साड़ी कंडीशन है धार्मिक और समाजिक जिथे असं खड़े हैं वो एड्डी वधिया नहीं हैगी, मतलब असं जानते हैं सच है कौड़ा सच है। सो मैं कहना चाहवागा कि असी वो तो सिविलाइज्ड होइए, क्योंकि असी अपने आप को अंतरराष्ट्रीय पद्धर से शो करना है। बिल्कुल जी। असी छोटे छोटे दायरों चो निकल के असी अंतरराष्ट्रीय पद्धर से सिखिज्म को शो करना है, खास करके जो असी फॉरन की गल करते हैं, इंडिया छड़ दें। सो असी वो तो सिविलाइज्ड, वो तो ठंडे दिमाग के नाल फैसले लीए, और असी छोटिया छोटिया लड़ाइया छड़ के वे वे जो सिखिज्म दरपेश खतरे ने बहरों ਉਹਨਾਂ ਨੂੰ ਫੋਕਸ ਕਰੀਏ। ਮੈਂ ਇਹਨੂੰ ਬੇਨਤੀ ਕਰਨੀ ਚਾਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਸਤਸੰਗਤ ਜੀ, ਇਹ ਸਨ ਸਾਡੇ ਵੱਡੇ ਵੀਰ ਜੀ ਯਾਦਵਿੰਦਰ ਸਿੰਘ, ਜਿਹੜੇ ਪੋਲੈਂਡ ਤੋਂ ਪਹੁੰਚੇ ਨੇ। ਤੇ ਤੁਸੀਂ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਈ ਹੋਵੇਗੀ ਕਿ ਪੋਲੈਂਡ ਦੇ ਵਿੱਚ ਵੀ ਸਿੱਖ ਭਾਈਚਾਰਾ ਵਸਦਾ। ਤੁਸੀਂ ਆਲਰੇਡੀ ਸਿੱਖ ਚੈਨਲ ਤੇ ਪੋਲੈਂਡ ਦਾ ਪ੍ਰੋਗਰਾਮ ਵੀ ਦੇਖ ਚੁੱਕੇ ਹੋ। ਸੋ ਹੁਣ ਜਿਹੜਾ ਅਗਲਾ ਸਟੈਪ ਆ ਕਿ ਪੋਲੈਂਡ ਦੇ ਵਿੱਚ ਗੁਰੂ ਘਰ ਦੀ ਉਸਾਰੀ ਹੋਣੀ ਆ, ਸੋ ਹੋ ਜਾਓ ਤਿਆਰ, ਕਿਉਂਕਿ ਸਿੱਖ ਪੰਥ ਦੇ ਜਿੱਥੇ ਪੋਲੈਂਡ 'ਚ ਕਮਿਊਨਿਟੀ ਬੈਠੀ ਹੈ ਉੱਥੇ ਅਸੀਂ ਆਪਣੇ ਆਪ ਨੂੰ ਸਟੈਂਡ ਕਰ ਸਕੀਏ, ਜਿੱਥੇ ਅਸੀਂ ਹੋਰ ਪੂਰੇ ਯੂਰਪ ਦੀਆਂ ਹੋਰ ਕੰਟਰੀਆਂ ਦੇ ਵਿੱਚ ਇੰਨੇ ਵੱਡੇ ਪੱਧਰ 'ਤੇ ਕੰਮ ਕੀਤੇ ਨੇ, ਇਹ ਵੀ ਅਸੀਂ ਕਰਾਂਗੇ। ਸੋ ਹੁਣ ਸ਼ੋਅ ਦਾ ਇੱਥੇ ਜਿਹੜਾ ਸਾਡਾ ਸਮਾਂ ਹੈ ਬਿਲਕੁਲ ਸਮਾਪਤ ਹੁੰਦਾ ਹੈ। ਸੋ ਮਨਪ੍ਰੀਤ ਕੋਲ ਤੁਸੀਂ ਕਹਿਣਾ ਚਾਹੁੰਦੇ ਹੋ? First of all, I would like to thank our guests for coming in today's breakfast show. It's been a great honor to have somebody from Poland coming in to the breakfast show and giving us an update about what's going on there. And of course, a huge big congratulations to Pai Sabji on his advert as well, and this great initiative of actually showing the people of Poland the Sikh identity. I think it's been a fantastic show this morning. Thank you to everybody who sent in their pictures for the drawing competition as well. And remember, if you would like to enter, you can send in your entries to the usual address, and of course the breakfast show email address as well. But now it has come to the end of the show, I'm afraid, so we will have to say goodbye. But we will see you bright and early at the same time, same place, 7 a.m. tomorrow for the breakfast show. Bilkul ji, kal sveru milange svere 7 baje, same time, same jagah te. Dastar de da competition shuru ho chuka hai. Tusi apne videos, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਦਸਤਾਰ ਬਹੁਤ ਸੋਹਣੀ ਸਜਾਉਂਦੇ ਹੋ ਕਿਸੇ ਵੀ ਸਟਾਈਲ ਦੀ ਹੋਵੇ, ਪਲੀਜ਼ ਆਪਣੀ ਵੀਡੀਓਜ਼ ਬਣਾ ਕੇ ਸਾਨੂੰ ਐਸ ਸੂਨ ਐਸ ਪੋਸੀਬਲ ਸਾਨੂੰ ਭੇਜੋ, ਤਾਂ ਕਿ ਅਸੀਂ ਉਹਨੂੰ ਫਿਰ ਸਿੱਖ ਚਲਦੇ ਦਿਖਾਈਏ, ਤਾਂ ਕਿ ਅਸੀਂ ਆਪਣੀ ਦਸਤਾਰ ਦੇ ਮਾਣ, ਸਤਿਕਾਰ ਅਤੇ ਪਹਿਚਾਣ ਨੂੰ ਵੱਧ ਤੋਂ ਵੱਧ ਬਰਕਰਾਰ ਕਰਕੇ ਲੋਕਾਂ ਦੇ ਵਿੱਚ ਅਵੇਅਰਨੈਸ ਲਿਆ ਸਕੀਏ। ਸੋ ਅਸੀਂ ਇੱਥੇ ਹੀ ਫਤਿਹ ਦੀ ਹੁਣ ਸਾਂਝ ਪਾਉਂਦੇ ਹਾਂ, ਕਿਉਂਕਿ ਸਮਾਂ ਹੋਰ ਇਜਾਜ਼ਤ ਦਿੰਦਾ। ਕੱਲ੍ਹ ਸਵੇਰ ਨੂੰ ਮਿਲਾਂਗੇ ਜੀ, ਸੇਮ ਟਾਈਮ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।